ਵੱਖਰੀ ਕਹਾਣੀ ਹੈ। ਪਿਤਾ ਗੁਰੂ ਰਾਮਦਾਸ ਸੋਢੀ ਸੁਲਤਾਨ ਜੀ ਨੇ, ਗੁਰੂ ਜੀ ਦੀ ਮਾਤਾ ਜੀ ਦਾ ਨਾਮ ਬੀਬੀ ਭਾਨੀ ਹੈ। ਤੀਜੇ ਗੁਰਾਂ ਕਿਹਾ ਸਾਡਾ ਦੋਹਤਾ ਬੋਹਤਾ ਬਾਣੀ ਦਾ ਹੈ, ਪੜ੍ਹ ਕੇ ਦੇ ਬਾਣੀ ਤਰ ਜਾਮ ਦਾ ਪ੍ਰਾਣੀ ਹੈ। ਸ਼ਾਂਤੀ ਦੇ ਪੁੰਜ ਤੇ ਗਿਆਨ ਦਾ ਮੁਜੱਸਮਾ ਵੀ ਸਭ ਤੋਂ ਜ਼ਿਆਦਾ ਰਚੀ ਗੁਰੂ ਜੀ ਨੇ ਬਾਣੀ ਹੈ। ਦਿੰਦੇ ਨੇ ਗਵਾਹੀ ਕਿਵੇਂ ਭਾਣੇ ਵਿੱਚ ਰਾਜੀ ਰਹਿਣਾ, ਤੱਤੀ ਤਵੀ ਅਤੇ ਦੂਜਾ ਰਾਵੀ ਵਾਲਾ ਪਾਣੀ ਹੈ। ਪੰਜਵੇਂ ਗੁਰੂ ਜੀ ਜਿਵੇਂ ਤੱਤੀ ਤਵੀ ਉੱਤੇ ਬੈਠੇ, ਵਾਰ ਦਾ ਭੁਮੱਧੀ ਉਹਦੀ ਅੱਜ ਵੀ ਲਾਸਾਨੀ ਹੈ। ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬੀਬੀ ਭਾਨੀ ਦੇ ਲਾਲ, ਜਬਰ ਦਾ ਮੁਕਾਬਲਾ ਸਬਰ ਨਾਲ ਕਰਦੇ ਹੋਏ ਤੱਤੀ ਤਵੀ ਤੇ ਬੈਠੇ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹੋਏ ਜਿਵੇਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ, ਉਸ ਵੇਲੇ ਦੇ ਵਾਰਤਾਲਾਪ ਨੂੰ ਮੇਰੇ ਢਾਡੀ ਸਾਥੀ ਗੁਰਜੀਤ ਕੌਰ, ਰਾਜਵਿੰਦਰ ਕੌਰ, ਸਰੰਗੀ ਮਾਸਟਰ ਗੁਰਜੀਤ ਸਿੰਘ ਸਾਜਨ ਤੇ ਅਮਨਦੀਪ ਕੌਰ ਖਾਲਸਾ ਨਕੋਦਰ ਵਾਲਿਆਂ ਦਾ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜਥਾ ਇੰਜ ਬਿਆਨ ਕਰਦਾ ਹੈ। ਤੇਰਾ ਕੀਆ ਮੀਠਾ।
तेरा किया मीठा कह रहे गुरु पंजवे।